ਕੁੜੀ ਦੇ ਪਿੱਛੇ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਪਹਿਲਾਂ ਵੱਡੇ ਭਰਾ ਦੀ ਇੱਕ ਕੁੜੀ ਦੇ ਨਾਲ ਗੱਲ ਹੁੰਦੀ ਹੈ ਅਤੇ ਫਿਰ ਉਸ ਤੋਂ ਬਾਅਦ ਉਸੇ ਕੁੜੀ ਦੇ ਨਾਲ ਛੋਟੇ ਦੀ ਵੀ ਗੱਲਬਾਤ ਹੋਣ ਲੱਗ ਜਾਂਦੀ ਹੈ, ਜਿਸ ਤੋਂ ਬੜਾ ਭਰਾ ਕਾਫੀ ਗੁੱਸੇ ਦੇ ਵਿੱਚ ਰਹਿੰਦਾ ਹੈ। ਅਤੇ ਬੀਤੇ ਦਿਨਾਂ ਦੱਸਿਆ ਜਾ ਰਿਹਾ ਕਿ ਜਦੋਂ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਤਾਂ ਵੱਡੇ ਭਰਾ ਨੇ ਛੋਟੇ ਭਰਾ ਨੂੰ ਇਸ ਗੱਲ ਨੂੰ ਲੈ ਕੇ ਕਾਫੀ ਟੋਕਿਆ ਅਤੇ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਛੋਟੇ ਭਰਾ ਨੇ ਵੱਡੇ ਭਰਾ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਹਾਲਾਂਕਿ ਕਤਲ ਕਰਨ ਤੋਂ ਬਾਅਦ ਜਿਸ ਭੈਣ ਨੇ ਰੱਖੜੀ ਦੇ ਤਿਉਹਾਰ 'ਤੇ ਉਸਦੇ ਗੁੱਟ 'ਤੇ ਰੱਖੜੀ ਸਜਾਉਣੀ ਸੀ, ਉਸਨੂੰ ਉਸਦੀ ਮ੍ਰਿਤਕ ਦੀ ਫੋਟੋ ਭੇਜ ਦਿੱਤੀ ਕਤਲ ਕੀਤੇ ਜਾਣ ਤੋਂ ਬਾਅਦ, ਜਿਸ ਤੋਂ ਬਾਅਦ ਉਸ ਭੈਣ ਦੇ ਵੱਲੋਂ ਜਿੱਥੇ ਉਸ ਭਰਾ ਦੇ ਰੱਖੜੀ ਬੰਨ੍ਹੀ ਜਾਣੀ ਸੀ ਉੱਥੇ ਹੀ ਉਸਨੂੰ ਕਫਨ ਪਾਉਣਾ ਪੈ ਗਿਆ। ਤਾਂ ਦੱਸ ਦਈਏ ਕਿ ਛੋਟਾ ਭਰਾ ਮੌਕੇ ਤੋਂ ਫਰਾਰ ਹੋ ਗਿਆ। ਕੁੜੀ ਦੇ ਕਰਕੇ ਹੀ ਭਰਾ ਅਤੇ ਭਰਾ ਦੋਵੇਂ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਬਣੇ ਅਤੇ ਛੋਟੇ ਭਰਾ ਨੇ ਵੱਡੇ ਭਰਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ। ਤਾਂ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ, ਜਿਸ ਦੀ ਵਜ੍ਹਾ ਦੇ ਨਾਲ ਹੀ ਇਹ ਕਤਲ ਦੀ ਵਾਰਦਾਤ ਵਾਪਰੀ ਹੈ। ਤਾਂ ਦੱਸ ਦਈਏ ਕਿ ਹੁਣ ਭੈਣ ਵੀ ਮੌਕੇ ਦੇ ਉੱਤੇ ਪਹੁੰਚੀ ਹੈ, ਧਾਹਾਂ ਮਾਰ ਕੇ ਰੋਂਦਾ ਪਰਿਵਾਰ ਜੋ ਹੈ ਇਨਸਾਫ ਦੀ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾ ਰਿਹਾ। ਤਾਂ ਦੱਸ ਦਈਏ ਕਿ ਲੜਕੀ ਦੇ ਪਿੱਛੇ ਦੋ ਸਗੇ ਭਰਾ ਆਪਸ ਦੇ ਵਿੱਚ ਜਾਣ ਦੇ ਦੁਸ਼ਮਣ ਬਣੇ ਨੇ, ਗੁੱਸੇ ਦੇ ਵਿੱਚ ਆਏ ਛੋਟੇ ਭਰਾ ਨੇ ਵੱਡੇ ਭਰਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭਰਾਵਾਂ ਦੀ ਇੱਕੋ ਕੁੜੀ ਦੇ ਨਾਲ ਗੱਲਬਾਤ ਸੀ। ਇਹ ਐਕਸੀਡੈਂਟ ਬਾਈ ਚਾਂਸ ਲਈ ਹੋਇਆ, ਬਿਕੋਜ਼ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ, ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ। ਇਹ ਇੱਕ ਗਲਤ ਫਹਿਮੀ ਦਾ ਹਿੱਸਾ ਹੀ ਹੈ, ਸਾਰਾ ਕੁਛ ਗਲਤ ਫਹਿਮੀ ਦਾ ਹੀ ਹਿੱਸਾ ਹੈ। ਬਾਈ ਚਾਂਸ ਲਈ ਹੋਇਆ ਸਾਰਾ ਕੁਛ, ਇਹ ਗਲਤ ਬਹੁਤ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋਵੇ, ਪਰ ਬਾਈ ਚਾਂਸ ਲਈ ਹੋਇਆ। ਇਸ਼ੂ ਕ੍ਰੀਏਟ ਕਿਉਂ ਹੋਇਆ ਜੀ? ਇਸ਼ੂ ਕ੍ਰੀਏਟ ਕੁੜੀ ਕਰਕੇ ਹੀ ਹੋਇਆ, ਉਹਨਾਂ ਨੂੰ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੇ, ਛੋਟੇ ਬ੍ਰਦਰ ਨਾਲ। ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹੁੰਦੀ ਸੀ, ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀਗੀ। ਬ੍ਰਦਰ ਵੱਲੋਂ ਇਹ ਕੁਛ ਹੈਗਾ ਨਹੀਂ ਸੀ, ਉਹਨੇ ਬਹੁਤ ਜ਼ਿਆਦਾ ਸਮਝਾਇਆ, ਪਰ ਉਹਦੇ ਇਹ ਸੀਗੇ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ। ਬਸ ਇਹ ਕੁੜੀ ਦਾ ਹੀ ਮੈਟਰ ਹੈ ਜ਼ਿਆਦਾਤਰ ਤਾਂ। ਇਹ ਕਹਿੰਦੇ ਕੋਈ ਸ਼ਰਾਬ ਦੀ ਨਸ਼ਾ ਬਣਿਆ ਕਾਰਨ? ਹਾਂਜੀ, ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ, 3 ਦਿਨਾਂ ਤੋਂ ਸ਼ਰਾਬ ਪੀਂਦਾ ਪਿਆ ਸੀ, ਮੈਂਟਲੀ ਡਿਸਟਰਬ ਹੋਇਆ ਪਿਆ ਸੀ, ਹਾਰਟਲੀ ਬ੍ਰੋਕ ਹੋਇਆ ਪਿਆ ਸੀ। ਉਹਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ, ਕਾਲ ਕੀਤੀਆਂ ਵੀ ਹਾਂ ਵੀ ਤੂੰ ਮੇਰੇ ਨਾਲ ਗੱਲ ਕਰ ਲੈਣੀ ਤਾਂ ਮੈਂ ਮਰ ਜਾਵਾਂਗੀ, ਉਹ ਫਲਾਣਾ ਮਕਾਨਾ, ਬਟ ਉਹਨੇ ਨਹੀਂ ਆਇਆ। ਅਤੇ ਇਹਨਾਂ ਦੋਵਾਂ ਦੀ ਗੱਲਬਾਤ ਹੋਈ ਸੀ ਪਹਿਲਾਂ ਥੋੜ੍ਹੀ ਜਿਹੀ, ਦੋਵੇਂ ਬ੍ਰਦਰ ਸੀ, ਗੱਲਬਾਤ ਹੋਈ ਸੀ ਕਿ ਹਾਂ ਵੀ ਪਿਆਰ ਨਾਲ ਸਮਝਾਉਣ ਦੀ, ਅਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ, ਪਰ ਉਹ ਪਿਆਰ ਦੀ ਥੋੜ੍ਹੀ ਥੋੜ੍ਹੀ ਜ਼ਿਆਦਾ ਤਕਰਾਰ ਹੋ ਗਈ, ਕੋਈ ਧੱਕਾ ਮੁੱਕੀ ਹੋ ਗਈ। ਅਤੇ ਬਾਈ ਐਕਸੀ ਕਿਹਾ ਜਾ ਰਿਹਾ ਕਿ ਜਦੋਂ ਕਤਲ ਕੀਤਾ ਗਿਆ ਉਦੋਂ ਤੁਹਾਡੇ ਨਾਲ ਗੱਲ ਵੀ ਹੋਈ ਸੀ? ਹਾਂਜੀ, ਮੇਰੇ ਨਾਲ ਗੱਲ ਹੋਈ ਸੀ, ਕਿਉਂਕਿ ਉਹ ਇੱਕੋ ਦਮ ਘਬਰਾ ਗਿਆ ਸੀ ਛੋਟਾ ਵਾਲਾ ਬ੍ਰਦਰ, ਵੀ ਹਾਂ ਵੀ ਬ੍ਰਦਰ ਨੂੰ ਵੀ ਹੋਸ਼ ਨਹੀਂ ਆ ਰਿਹਾ, ਪਤਾ ਨਹੀਂ ਕੀ ਹੋ ਗਿਆ, ਮੈਨੂੰ ਨਾਲ ਗੱਲ ਕੀਤੀ ਉਹਨੇ, ਅਤੇ ਮੈਨੂੰ ਲੱਗਿਆ ਮਜ਼ਾਕ ਕਰਦੇ ਪਏ ਨੇ, ਇਹਨਾਂ ਨੇ ਮੈਨੂੰ ਫੋਟੋ ਵਗੈਰਾ ਭੇਜੀ। ਅਤੇ ਅਸੀਂ ਉਸੀ ਇੰਸੀਡੈਂਟ ਦੇ ਵਿੱਚ ਉਸੀ ਬਾਈ ਚਾਂਸ ਕਿ ਅਸੀਂ ਆਏ ਹਾਂ ਉਸੀ ਟਾਈਮ ਹੀ ਵੇਖਿਆ, ਅਤੇ ਇਹ ਸੀਨ ਕ੍ਰੀਏਟ ਹੋਇਆ ਪਿਆ ਸੀ। ਤੁਸੀਂ ਕਿੱਥੇ ਰਹਿੰਦੇ ਜੀ? ਮੈਂ ਰਹਿੰਦੀ ਤਾਂ ਇੱਥੇ ਹਾਂ ਫਾਜ਼ਿਲਕਾ 'ਚ, ਬਟ ਮੈਂ ਜੋਬ ਲੁਧਿਆਣੇ। ਕਿੱਥੇ ਕਰਦੇ? ਲੁਧਿਆਣੇ। ਕਿਸ ਤਰ੍ਹਾਂ ਦੇਖਦੇ ਹੋ ਇੱਕ ਰੱਖੜੀ ਦੇ ਤਿਉਹਾਰ ਕਿਸ ਤਰ੍ਹਾਂ ਪਾਈ ਦੇ ਚਲਾ ਜਾਂਦਾ? ਬਹੁਤ ਜ਼ਿਆਦਾ ਫੀਲ ਹੋ ਰਿਹਾ, ਕੁਛ ਕਹਿ ਨਹੀਂ ਸਕਦੇ, ਪਰ ਹੁਣ ਇਹਦੇ ਲਈ ਮੇਰੇ ਕੋਲ ਕੁਛ ਵਰਡ ਨਹੀਂ ਹੈਗੇ, ਬਹੁਤ ਜ਼ਿਆਦਾ ਇਮੋਸ਼ਨਲ ਹੋਏ ਪਈ ਹਾਂ ਬਹੁਤ ਜ਼ਿਆਦਾ, ਕਿਉਂਕਿ ਸੁਬਾਹ ਦੇ ਭੁੱਖਦੇ ਫਿਰਦੇ ਹਾਂ ਅਸੀਂ,
ਹਾਲੇ ਤੱਕ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਨਹੀਂ ਆਈ। ਸੁਬਾਹ ਦੇ ਕਰਦੇ ਪਿਆ, ਸ਼ਾਮ ਹੋਣ ਨੂੰ ਆ ਗਈ, ਹਾਲੇ ਤੱਕ ਸਾਡੀ ਰਿਪੋਰਟ ਨਹੀਂ ਆਈ। ਅਸੀਂ ਅੰਤਿਮ ਸੰਸਕਾਰ ਤੱਕ ਨਹੀਂ ਕੀਤਾ, ਰਾਤ ਦੀ ਬੇਕਦਰੀ ਹੋਈ ਹੁੰਦੀ। ਜਿਹੜਾ ਮਰਨ ਵਾਲਾ ਸੀ ਉਹਦਾ ਕੀ ਨਾਮ ਸੀ? ਉਹਦਾ ਨਾਮ ਸ਼ਿਵਮ ਸੀ। ਬਸ ਜੋ ਹੋਇਆ ਸੀ ਬਾਈ ਚਾਂਸ ਲਈ, ਹੁਣ ਦੋਵੇਂ ਬ੍ਰਦਰ ਸੀਗੇ, ਇਨਸਾਫ ਤਾਂ ਹੋਵੇਗਾ ਹੀ। ਹੁਣ ਇਹ ਤਾਂ ਹੈ ਨੀ ਐਵੇਂ ਹੀ ਹੋ ਜਾਵੇ, ਪਰ ਕੋਈ ਗੱਲ ਨੀ, ਵੇਖਦੇ ਹਾਂ ਕੀ ਬਣਦਾ। ਕਿੰਨੇ ਭਰਾ ਭੈਣ ਭਰਾ? ਅਸੀਂ ਤਿੰਨ ਭੈਣ ਭਰਾ ਹੈਗੇ ਆ। ਦੋ ਭਰਾ ਸੀ? ਹਾਂਜੀ, ਤਿੰਨ ਬ੍ਰਦਰ ਹੈਗੇ ਨੇ। ਹੋਇਆ ਕਿ ਦੋ ਮੋਬਾਈਲ ਕੀ ਇੱਕ ਲੜਕੀ ਕੇ ਪਿੱਛੇ ਬਸ ਲੜਾਈ ਚੱਲਦੀ, ਧੋਖੇ ਨਾਲ ਲੈ ਗਏ ਉਹ ਪੂਰੀ ਜਾਲੀ। ਮੇਰੇ ਸਾਥ ਨਹੀਂ ਹੈਗਾ, ਉਹ ਖਾਤਾ ਪੀਤਾ ਨਹੀਂ ਹੈ ਮੇਰੇ ਸਾਥ। ਸ਼ਾਮੀ ਲੈ ਗਏ 8 ਵਜੇ ਵਕਤ ਤੱਕ, ਆ ਗੱਲ ਹੈਗੀ। ਫੋਨ ਲੈ ਕੇ ਗਿਆ ਸੀ ਮੇਰਾ ਛੋਟਾ ਮੁੰਡਾ। ਬਾਕੀ ਦੋ ਬੰਦੇ ਹੋਰ ਹੈਗੇ ਵਾ ਨਾਲ, ਦੋ ਬੰਦੇ ਹੋਰ ਹੈਗੇ ਵਾ, ਅਕੇਲੇ ਨੀ ਮਾਰ ਸਕਿਆ।